ਲਓ ਜੀ ਅਸਲਾਮ ਵਾਲੇਕੁਮ ਜਨਾਬ। ਲਓ ਵੀਰ ਜੀ, ਅਸੀਂ ਵਿਜ਼ਿਟ ਕਰ ਰਹੇ ਜੀ ਤਾਂਦਲਾ ਮੰਡੀ ਦਾ। ਅਤੇ ਤਾਂਦਲਾ ਮੰਡੀ ਦੇ ਵਿੱਚ ਮਾਸ਼ਾਅੱਲਾ ਤੁਹਾਨੂੰ ਅਸੀਂ ਜਾਨਵਰ ਦਿਖਾ ਰਹੇ ਹਾਂ, ਅੱਛੇ ਅੱਛੇ ਖੂਬਸੂਰਤ। ਐਂ ਥੋੜ੍ਹਾ ਜਿਹਾ ਇਹਨੂੰ ਅਚਾਨਕ ਘੁਮਾਈ ਜ਼ਰਾ। ਅਤੇ ਇਹ ਘੋੜੀ ਜਨਾਬ ਤੁਹਾਨੂੰ ਦਿਖਾ ਰਹੇ ਹਾਂ ਅਸੀਂ, ਫੋਰ ਸੇਲ। ਕੀ ਨਾਂ ਕੀ ਵੀਰ ਆਪਣਾ? ਮੁਹੰਮਦ ਸਾਦਕ। ਸਾਦਕ, ਘੋੜੀ ਦੀ ਉਮਰ ਕਿੰਨੀ ਹੋ ਗਈ? ਸ਼ੁਰੂ 5 ਸਾਲ। ਸ਼ੁਰੂ 5। ਅੱਛਾ, ਤੇ ਸਾਦਕ ਕਿੰਨੇ ਪੈਸੇ ਮੰਗ ਰਹੇ ਨੇ? 4.5 ਲੱਖ ਰੁਪਈਆ। ਤੇ 4.5 ਲੱਖ ਰੁਪਈਆ ਜਨਾਬ ਇਹਦਾ ਕੀ ਕੀ ਫਨ ਹੈ ਕਹਿੰਦੇ ਜੀ ਘੋੜੀ ਚ? ਫਨ ਕੀ ਹੈ ਘੋੜੀ ਚ? ਨਹੀਂ, ਇਹ ਤਾਂ ਫਨ ਨਹੀਂ ਹੈਗਾ, ਇਹ ਤਾਂ ਫਨ ਨਹੀਂ ਹੈ। ਚਲੋ ਫੇਰ ਵੀ ਕੋਈ ਨਾ ਕੋਈ ਤਾਂ ਹੁੰਦਾ ਹੈ ਨਾ ਜੀ। 4.5 ਹਾਂ, ਸਵਾਰੀ ਵਾਸਤੇ ਅੱਛੀ ਹੈ। ਤੇ ਕਦ ਜਨਾਬ ਇਹਦਾ ਕਿੰਨਾ ਕੁ ਹੋਏਗਾ? 63 ਇੰਚ। 63 ਇੰਚ ਕਰਦੇ, 63 ਇੰਚ ਜਨਾਬ ਕਰਦੇਗਾ ਜੇ। ਤੇ 4.5 ਲੱਖ ਰੁਪਇਆ ਇਹ ਜਨਾਬ, 4.5 ਲੱਖ ਰੁਪਇਆ ਡਿਮਾਂਡ ਜੇ ਜਾਂ ਕਿ ਫਾਈਨਲ ਜੇ? ਤੇ ਜੇ ਫਾਈਨਲ ਹੈ ਤੇ ਫਿਰ ਫਾਈਨਲ ਕੀ ਕੀਮਤ ਹੈ? 3 ਲੱਖ। ਅੱਛਾ, ਰੁਪਇਆ 1 ਰੁਪਇਆ ਘੱਟ ਨਹੀਂ ਕਰਨਾ, 3 ਲੱਖ ਰੁਪਇਆ। ਤੇ 3 ਲੱਖ ਰੁਪਇਆ ਜ਼ਿਆਦਾ ਨੀ ਕੋਈ? ਕਿਉਂ ਜੀ? ਨਹੀਂ ਮੈਂ ਤਾਂ ਨਹੀਂ, ਉਹ ਤੇਰੀ ਗੱਲ ਠੀਕ ਹੈ, ਮਗਰ ਚੀਜ਼ ਹੈਗੀ ਕਿ 3 ਲੱਖ ਰੁਪਇਆ ਵੀ ਕਾਫੀ ਰਕਮ ਹੈ ਜੇਕਰ, ਕਿਉਂਕਿ ਪਤਾ ਕੀ ਹੁੰਦਾ, ਕਈ ਵਾਰੀ ਐਸਾ ਹੁੰਦਾ ਕਿ ਵਪਾਰੀ 3 ਲੱਖ ਕਹਿੰਦਾ ਤੇ ਜਾਂਦਾ 2.5 ਜਾਂ 1.5 ਦੀ ਵੇਚ ਜਾਂਦਾ, 3 ਤੋਂ ਘੱਟ ਨੀ ਦੇਣੇ। ਬਸ ਇੱਕੋ ਹੀ ਘੋੜੀ ਲਿਆਂਦੀ ਜੇ, ਠੀਕ ਹੈ? ਥੋੜਾ ਜਿਹਾ ਇਹਨੂੰ ਉਹ ਉੱਥੋਂ ਅਸੀਂ ਪੈਦਲ ਜ਼ਰਾ ਤੋੜ ਕੇ ਜਾਂ ਦੁੜਕੀ ਜਾਂ ਤੋੜਾ ਜਾਂ ਜੋ ਵੀ ਹੈ। ਲਓ ਜੀ, 3 ਲੱਖ ਰੁਪਇਆ ਜਨਾਬ ਫਾਈਨਲ ਜੇ। ਵੀਰ ਜੀ ਐਂ ਹੋਇਆ ਜੇ ਥੋੜਾ ਜਿਹਾ। ਲਓ ਜੀ, 3 ਲੱਖ ਰੁਪਇਆ ਜਨਾਬ ਘੋੜੀ ਦਾ ਮੰਗਦੇ ਪਏ ਜੇ। ਤੇ ਨੰਬਰ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦੇਣੇ ਜੀ। ਤੇ ਘੋੜੀ ਅੱਛੀ ਲੱਗੇ, ਖੂਬਸੂਰਤ ਲੱਗੇ ਤੇ ਜਨਾਬ ਤੁਸੀਂ ਰਾਬਤਾ ਤੁਸੀਂ ਕਰ ਸਕਦੇ ਜੇ। ਤੇ ਪੈਰ ਸ਼ਹਿਰ ਤੁਸੀਂ ਦੇਖ ਸਕਦੇ ਜੇ ਮੁਕੰਮਲ, ਔਰ ਜਿਸਮ ਵਗੈਰਾ ਵੀ ਤੁਸੀਂ ਉਹਦਾ ਦੇਖ ਸਕਦੇ ਜੇ। ਨੰਬਰ ਦਰ ਦੱਸ ਵੀ ਆਪਣਾ ਚੰਨ। 3 45 ਹਾਂ, 3399 ਹਾਂ, 175 ਫਿਰ ਦੱਸ ਦੇ। 345 ਅੱਛਾ, 345 3399 ਹਾਂ, 175 ਤੇ ਲਓ ਜਨਾਬ ਮਾਸ਼ਾਅੱਲਾ ਘੋੜੀ ਤੁਸੀਂ ਦੇਖੀ, ਅਸੀਂ ਤੁਹਾਨੂੰ ਫਿਰ ਇੱਕ ਦਫਾ ਤੁਹਾਨੂੰ ਦਿਖਾ ਦਿੰਦੇ ਮੁਕੰਮਲ ਤੌਰ ਦੇ ਉੱਤੇ। ਤੇ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ, ਸਾਡੇ ਚੈਨਲ ਨੂੰ ਵੀ ਜਨਾਬ ਸਬਸਕ੍ਰਾਈਬ ਕਰਿਆ ਜੇ, ਤਾਂ ਕਿ ਅੱਛੀ ਜਾਨਵਰਾਂ ਦੇ ਨੋਟੀਫਿਕੇਸ਼ਨ ਜਨਾਬ ਤੁਹਾਨੂੰ ਮਿਲ ਸਕੇ। ਅਤੇ ਲਓ ਜਨਾਬ ਅੱਗੇ ਵਧਦੇ ਹਾਂ ਜੀ, ਹੋਰ ਜਾਨਵਰ ਸ਼ਾਮਿਲ ਕਰਨੇ ਆ ਇਸ ਵੀਡੀਓ ਦੇ ਵਿੱਚ ਇਨਸ਼ਾਅੱਲਾ ਤਾਲਾ। ਖੂਬਸੂਰਤ ਅੱਛੀਆਂ ਘੋੜੀਆਂ ਤੁਹਾਡੇ ਨਾਲ ਸ਼ਾਮਿਲ ਕਰ ਰਹੇ ਹਾਂ ਜੀ, ਕੱਦ ਕਾਠ ਵਾਲੀਆਂ। ਇੱਕ ਵਾਰੀ ਬਣਾ ਲਈਏ ਵੀਡੀਓ ਮੁਕੰਮਲ ਕਰ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜਨਾਬ, ਕੀ ਹਾਲ ਜੀ? ਠੀਕ ਠਾਕ ਹੋ? ਤੇ ਲਓ ਜਨਾਬ ਇੱਕ ਘੋੜੀ ਜਿਹੜੀ ਸਾਵੀ ਇਨਸ਼ਾਅੱਲਾ ਸ਼ਾਮਿਲ ਕਰਨੇ ਜਨਾਬ। ਤੇ ਰੇਟ ਸ਼ੇਟ ਵੀ ਥੋੜ੍ਹਾ ਜਿਹਾ ਸਾਈਡ 'ਤੇ ਹੋ ਜਾ, ਚੱਲ ਥੋੜ੍ਹਾ ਜਿਹਾ ਸਾਈਡ 'ਤੇ ਹੋ ਜਾ। ਲਓ ਜਨਾਬ ਇਹ ਮਾਸ਼ਾਅੱਲਾ ਸਾਵੀ ਘੋੜੀ 'ਚ, ਅਤੇ ਤਾਂਦਲਾ ਮੰਡੀ ਦਾ ਜਨਾਬ ਅਸੀਂ ਵਿਜ਼ਿਟ ਕਰ ਰਹੇ ਜੀ। ਮਾਸ਼ਾਅੱਲਾ ਅੱਛੀਆਂ ਅੱਛੀਆਂ ਜਾਨਵਰ ਜਿਹੜੇ ਨੇ ਇਨਸ਼ਾਅੱਲਾ ਤੁਹਾਨੂੰ ਦਿਖਾ ਰਹੇ ਹਾਂ ਇਸ ਵੀਡੀਓ ਦੇ ਵਿੱਚ। ਅਤੇ ਜਨਾਬ ਇਹਦੀ ਕਿੰਨੀ ਕੁ ਉਮਰ ਹੋ ਗਈ ਜੀ? ਪੂਰੇ 5। ਅੱਛਾ, ਥੋੜ੍ਹਾ ਜਿਹਾ ਚਿਹਰਾ ਆਈ ਉਹਨਾਂ ਨੂੰ ਕਰਕੇ ਤੇ ਸਿੱਧੀ ਕਰਿਆ ਜੀ ਜਰਾ, ਆਈ ਠੀਕ ਹੋ। ਤੇ ਕੱਦ ਕਿੰਨਾ ਕੁ ਹੋਏਗਾ ਜਨਾਬ ਇਹਦਾ? 7.5 ਗਿੱਠਾਂ ਜਨਾਬ ਕੱਦ ਹੈਗਾ ਜੀ। ਤੇ ਕੀ ਪ੍ਰਾਈਜ਼ ਕੀ ਮੰਗ ਰਿਹਾ ਜੀ?
4 लाख रुपया। लो जनाब 4 लाख रुपया घोड़ी का मंग रहा जी शुरू 5 ਉਹਨਾਂ ਦੇ ਬਕੌਲ ਇਹ ਜਨਾਬ ਸਾਰੇ ਵੀਡੀਓ ਤੇ ਚਾੜਿਆਂ ਨੂੰ ਮੁੜ ਗਾਲ ਕਰੇ ਹੁਣ ਤੇ 4 ਲੱਖ ਰੁਪਇਆ ਅੱਛਾ ਇਹ 4 ਲੱਖ ਰੁਪਏ ਦੇ ਵਿੱਚ ਕੋਈ ਗੁੰਜਾਇਸ਼ ਵੀ ਹੈਗੀ ਹੈ ਕੀਮਤ ਦੇ ਵਿੱਚ ਜਾਂ ਫਾਈਨਲ ਫਾਈਨਲ ਮੇਰੀ 8 ਲੱਖ ਦੀ ਹੈ ਕਿ ਮੈਂ 4 ਲੱਖ ਮੰਡੀ ਵਾਲੂ ਵੇਖ ਕੇ ਪਿਆ ਭਰੇ ਆ ਨਾ ਤੇ 4 ਤੂੰ ਘਾਟਾ ਕਿਉਂ ਖਾਂਦਾ ਪਿਆ ਉਹ ਮੇਰੀ ਘੋੜੀ ਵੀ ਚੰਗੀ ਹੈ ਨਹੀਂ ਨਹੀਂ ਤੂੰ ਕਹਿੰਦਾ ਘੋੜੀ 8 ਲੱਖ ਦੀ ਹੈ ਤੇ ਫਿਰ 4 ਘਾਟਾ ਮੰਡੀ ਨੂੰ ਵੇਖ ਕੇ ਉਹ ਖਾਂਦਾ ਪਿਆ ਇਥੇ ਕਿਹੜਾ ਆਪਣੀ ਕਿਹੜਾ ਇਹ ਮੰਡੀ ਵਾਲਿਆਂ ਨਾਲ ਰਿਸ਼ਤੇਦਾਰੀ ਹੈ ਵੀਰਾ ਦਸਤਗੀਰ ਛੁੜਾਵਣਾ ਨਹੀਂ ਦਸ ਤੇ 4 ਹੀ ਤੂੰ ਛੱਡਦਾ ਪਿਆ ਤੂੰ ਕਿਉਂ ਤਰਸ ਖਾਣਾ ਨਹੀਂ ਮੈਂ ਕਹਿੰਦਾ 4 ਲੱਖ ਦਾ ਕਿਉਂ ਆਪਾਂ ਫਾਇਦਾ ਇਹਨਾਂ ਨੂੰ ਦੇਣਾ ਆਪਾਂ ਤਾਂ 10 ਵੀ ਨਹੀਂ ਇਹਨਾਂ ਨੂੰ ਛੱਡਦੇ ਤੂੰ 8 ਦਾ 8 ਹੀ ਮੰਗ ਲਓ ਜਨਾਬ 8 ਲੱਖ ਰੁਪਇਆ ਮੰਗਦਾ ਜੇ ਬੰਦਾ ਉਹ ਆਂਦਾ ਮੇਰੀ 8 ਲੱਖ ਦੀ ਕਿਉਂ ਅਸੀਂ 4 ਛੱਡਣਾ ਮੰਡੀ ਨੂੰ ਵੇਖ ਕੇ ਮੰਡੀ ਤੈਨੂੰ 500 ਛੱਡ ਦਿੰਦੀ ਉਥੋਂ ਜਦੋਂ ਡੰਗਰ ਲਿਆਉਣਾ ਜਦੋਂ ਡੰਗਰ ਉਰਾ ਇੰਟਰ ਕਰਨਾ ਹੈ ਤੈਨੂੰ ਮੰਡੀ ਵਾਲੇ ਪਰਚੀ ਛੱਡਦੇ ਨੇ ਜਦੋਂ ਮੰਡੀ ਤੈਨੂੰ ਨਹੀਂ ਛੱਡਦੀ ਤੂੰ ਕਿਉਂ ਛੱਡਣਾ 4 ਨੇ ਤੂੰ 8 ਲੱਖ ਰੁਪਇਆ ਮੰਗ ਤੇ ਡਾਂਸ ਡੂਨਸ ਵੀ ਕਰਦੀ ਹੈ ਚਲੋ ਜੀ ਡਾਂਸ ਵੇਖ ਲੈਣਾ ਹੁਣ ਜਿਹਨੇ ਮੈਂ ਆ ਗਿਆ ਜਨਾਬ ਆ ਗਿਆ ਮੈਂ ਨਹੀਂ ਛੱਡਦਾ ਤੈਨੂੰ ਆ ਗਿਆ ਇਧਰ ਆ ਜਾ ਆਂਦਾ ਮੇਰੀ 8 ਲੱਖ ਦੀ ਘੋੜੀ ਹੈ ਲੋਕ ਘੋੜੀਆਂ ਲੈ ਕੇ ਬਾਲ ਲਈਏ ਫਿਰ ਲਾ ਜੀ ਅਸੀਂ ਨੰਬਰ ਜਨਾਬ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਵੀਰ ਦਾ ਤੇ ਕੀ ਨੰਬਰ ਕੀ ਜਨਾਬ ਦੱਸਿਆ ਜੀ ਤੁਹਾਨੂੰ 0340 ਹਾਂਜੀ 47 ਜੀ 38175 38175 ਆਪਣਾ ਨਾਮ ਵੀ ਦੱਸ ਦਿਓ ਜਨਾਬ ਇਜਾਜ਼ ਖਾਨ ਬਲੋਚ ਇਜਾਜ਼ ਖਾਨ ਇਹ ਤੇ ਇੱਕੋ ਜਾਨਵਰ ਹੈ ਜਨਾਬ ਤੁਹਾਡੇ ਕੋਲੇ ਕਿ ਹੋਰ ਜਾਨਵਰ ਜਨਾਬ ਜੀ 3 ਇਸ਼ੂ ਇੱਕ ਹੈ ਸਾਵੀ ਹੋ ਗਈ ਦੂਸਰੀ ਕਿਹੜੀ ਕੱਕੀ ਅੱਛਾ ਰੇੜੂ ਰੇੜੂ ਤੇ ਲਓ ਜਨਾਬ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਸਾਡੇ ਚੈਨਲ ਨੂੰ ਜਨਾਬ ਸਬਸਕ੍ਰਾਈਬ ਕਰਿਆ ਜੇ ਇਨਸ਼ਾਅੱਲਾ ਇਸ ਤਰ੍ਹਾਂ ਅੱਛੇ ਅੱਛੇ ਜਾਨਵਰ ਤੁਹਾਨੂੰ ਮਾਸ਼ਾਅੱਲਾ ਅਸੀਂ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ 4 ਲੱਖ ਰੁਪਏ ਜਨਾਬ ਇਹਦਾ ਮਾਲ ਆ ਜਾ ਮਤਲਬ ਉਦੋਂ ਨਾ ਕਈ ਲੈ ਗਿਆ ਜੇ